ਅੰਬਰਸਰ ਇੰਨੀ ਆ ਕਲਾਨੌਰ ਦਾ ਏਜੰਟ ਹੈਗਾ ਵਾ ਤੇ ਉਹ ਮਤਲਬ ਕਿ ਦੋਨੇ ਭਰਾ ਉੱਥੇ ਰਹਿੰਦੇ ਨੇ ਤੇ ਇੱਦਾਂ ਹੀ ਕੁੜੀਆਂ ਝਾਂਸੀ 'ਚ ਲੈ ਲੈਂਦੇ ਨੇ ਕਿ ਉੱਥੇ ਕੰਮ ਕਾਰ ਬਹੁਤ ਵਧੀਆ ਪੈਕਿੰਗ ਦਾ ਕੰਮ ਆ। ਬਾਅਦ ਵਿੱਚ ਉਹਨਾਂ ਨੂੰ ਖੜ ਕੇ ਤੇ ਜਿਹੜਾ ਇੱਕ ਗਾਮਾ ਬਣਾਉਂਦੇ ਆ ਉਹ ਉਹਨਾਂ ਦਾ ਇੱਕ ਸੇਫਟੀ ਹੁੰਦੀ ਆ ਗਾਮਾ, ਕਿਉਂਕਿ ਉਹਨਾਂ ਨੂੰ ਫੜ ਨਹੀਂ ਹੁੰਦੀ, ਉਹ ਮਹੀਨੇ ਦੇ ਵਿੱਚ ਗਾਮਾ ਬਣਾ ਦਿੰਦੇ ਆ, ਉਹਦੇ ਕਰਕੇ ਕਿ ਕੁੜੀਆਂ ਜਿਹੜੀਆਂ ਫਸ ਜਾਂਦੀਆਂ ਨੇ, ਨਾ ਤਾਂ ਉਹ ਗਾਂਹ ਜੋਗੀਆਂ ਨਾ ਪਛਾਣ ਜੋਗੀਆਂ ਨੇ, ਠੀਕ ਆ। ਫਿਰ ਉਹਦੇ ਪਿੱਛੇ ਉਹ 2.5 ਲੱਖ ਰੁਪਇਆ ਮੰਗਦਾ ਕਿ 2.5 ਲੱਖ ਦਿਓ ਤਾਂ ਫਿਰ ਇੰਡੀਆ ਜਾ ਸਕਦੀਆਂ, ਨਹੀਂ ਤਾਂ ਨਹੀਂ ਜਾ ਸਕਦੀਆਂ। ਫਿਰ ਮਜਬੂਰਨ ਕੰਮ ਕਰਨਾ ਪੈਂਦਾ, ਉਹ ਕਿਤੇ ਵੀ ਕੰਮ ਭਾਵੇਂ ਕੋਠੀ ਦਾ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ, ਉਹ ਕਰਨਾ ਪੈਂਦਾ ਉੱਥੇ ਕੰਮ ਸਾਨੂੰ, ਠੀਕ ਹੈ। ਇੱਦਾਂ ਹੀ ਮੈਂ ਵੀ ਚਲੋ 10 ਮਹੀਨੇ ਹੋ ਗਏ, ਮੈਨੂੰ ਵੀ ਉਹਨਾਂ ਨੇ ਕਿਹਾ ਪੈਕਿੰਗ ਦਾ ਕੰਮ ਆ, ਮੈਂ ਚਲੀ ਗਈ ਅਤੇ 80 ਹਜ਼ਾਰ ਰੁਪਇਆ ਮੇਰੇ ਕੋਲ ਲਿਆ। ਫਿਰ ਮੇਰਾ ਗਾਮਾ ਬਣਾ ਤਾ ਉਹਨਾਂ ਨੇ 4 ਮਹੀਨਿਆਂ ਬਾਅਦ, 5 ਮਹੀਨੇ ਵਿਹਲਿਆਂ ਬਿਠਾਇਆ, 5 ਮਹੀਨੇ ਮੈਂ ਕੰਮ 'ਤੇ ਲਾਏ ਆ। ਉਸ ਤੋਂ ਬਾਅਦ ਆ ਕਹਿੰਦੇ ਆ ਕਿ ਮਤਲਬ 2.5 ਲੱਖ ਰੁਪਇਆ ਦੇਗੀ ਤਾਂ ਤੂੰ ਜਾਏਂਗੀ, ਅਤੇ ਫਿਰ ਮੈਨੂੰ ਇੱਦਾਂ ਹੀ ਚਲੋ ਹੁਸ਼ਿਆਰਟੇ ਇੱਕ ਕੌਂਸਲਰ ਹੈਗਾ ਸੀ, ਉਹਨਾਂ ਦਾ ਇੱਕ ਮੇਰੀ ਸਹੇਲੀ ਨੇ ਨੰਬਰ ਦਿੱਤਾ, ਉਹਨਾਂ ਨੇ ਇਹਨਾਂ ਨਾਲ ਸਰ ਹੁਣਾਂ ਨਾਲ ਮਿਲਾਇਆ ਮੈਨੂੰ, ਉਹਨਾਂ ਇਹਨਾਂ ਨਾਲ ਕੰਟੈਕਟ ਕਰਾਇਆ, ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਇਹਨਾਂ ਉਸ ਵੇਲੇ ਮੇਰੀ ਹੈਲਪ ਕੀਤੀ ਆ, ਅਤੇ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਇਹਨਾਂ ਦਾ ਕਿ ਚਲੋ। ਕਿੰਨੀ ਮੁਸ਼ਕਲ ਆਈ ਜਾਂ ਮਾਰਕਟਾਈਜ਼ ਨਹੀਂ ਕੀਤੀ ਉਹਨਾਂ ਨੇ? ਨਾ ਨਾ, ਮਾਰਕਟਾਈਜ਼ ਕੁਛ ਨਹੀਂ, ਕੰਮ ਬਹੁਤ ਲਿਆ ਜਾਂਦਾ ਸੀ ਕਿ ਇੱਕ ਮਤਲਬ ਸਵੇਰੇ 6 ਵਜੇ ਤੋਂ ਉੱਠੀਦਾ ਸੀ ਅਤੇ ਰਾਤੀ 12 ਵਜੇ ਤੱਕ ਮਤਲਬ ਕੰਮ ਕਰੀਦਾ ਸੀ ਆਪਾਂ, ਖਾਣਾ ਪਾਣੀ ਇੱਦਾਂ ਹੀ ਮਤਲਬ ਕਿ ਜਦੋਂ ਟਾਈਮ ਲੱਗਦਾ ਸੀ ਤਾਂ ਖਾ ਲਈਦਾ ਸੀ, ਨਹੀਂ ਤਾਂ ਨਹੀਂ ਖਾਈਦਾ। ਪੈਸੇ ਇਹੋ ਹੀ ਇੰਡੀਆ ਦਾ ਕੋਈ 22 ਹਜ਼ਾਰ ਰੁਪਇਆ 20 ਹਜ਼ਾਰ ਰੁਪਇਆ ਬਸ, ਇਹ ਤੋਂ ਵੱਧ ਪੈਸਾ ਨਹੀਂ। ਹਾਂ, ਕੁੜੀਆਂ ਉੱਥੇ ਬਹੁਤ ਆ, ਲੇਕਿਨ ਉਹ ਏਜੰਟ ਦੇ ਦਬਾਅ ਵਿੱਚ ਹੈਗੀਆਂ, ਕੋਈ ਡਰਦੀ ਮਤਲਬ ਕਿ ਬੰਦੀ ਨਹੀਂ ਬਣਾਇਆ ਜਾਂਦਾ। ਨਾ ਨਾ ਨਾ, ਕੋਈ ਮਤਲਬ ਕਿ ਇੱਦਾਂ ਦਾ ਕੁਛ ਨਹੀਂ ਆ, ਬਟ ਹੁਣ ਜਿਹੜੀਆਂ ਕੁੜੀਆਂ ਨਾ ਨਾ ਉਹ ਮਤਲਬ ਕਿ ਫਸੀਆਂ ਪਈਆਂ ਨੇ, ਉਹਨਾਂ ਨੂੰ ਸਾਲ ਸਾਲ ਹੋ ਗਿਆ ਵਿਹਲੀਆਂ ਬੈਠੀਆਂ ਨੇ, ਤੇ ਉਹ ਇੱਕ ਏਜੰਟ ਜਿਹੜਾ ਉਹਨਾਂ ਕੋਲ ਪੈਸੇ ਮੰਗਦਾ ਵਾ ਕਿ ਮੈਨੂੰ 2.5 ਲੱਖ ਰੁਪਇਆ ਦੋ, ਕੰਪਨੀ 'ਚ ਦੇਣਾ ਵਾ, ਤੁਹਾਡਾ ਗਾਮਾ ਬਣਿਆ, ਫਿਰ ਤੁਸੀਂ ਜਾ ਸਕਦੀਆਂ ਜੀ। ਪੰਜਾਬ ਦੀਆਂ ਹੋਰ ਵੀ ਲੜਕੀਆਂ, ਹਾਂਜੀ ਹੋਰ ਵੀ ਕਰਨਾ ਚਾਹੁੰਦੇ ਹੁਣ, ਜਿਹੜੀਆਂ ਜਾਂਦੀਆਂ ਨੇ ਜਾਂ? ਮੈਂ ਇਹੀ ਚਾਹੂੰ ਕਿ ਉਹ ਵੀ ਮਤਲਬ ਕਿ ਚਲੋ ਜਿਸ ਤਰ੍ਹਾਂ ਮੈਂ ਨਿਕਲੀ ਇੱਦਾਂ ਉਹ ਵੀ ਨਿਕਲ ਜਾਣ, ਕਿਉਂਕਿ ਉਹਨਾਂ ਦੇ ਕੋਈ ਅੱਗੇ ਪਿੱਛੇ ਨਹੀਂ ਹੈਗਾ ਕਿ ਜਿਹੜਾ ਇਨਸਾਨ ਪੈਸੇ ਲਾ ਦੂਗਾ ਕਿ ਜਾਂ 2.5 ਲੱਖ ਰੁਪਇਆ ਦੇ ਪਾਊਗਾ, ਹੈ ਨਾ। ਅਤੇ ਕਾਫੀ ਕੁੜੀਆਂ ਨੇ ਜਿਹੜੀਆਂ ਮਜਬੂਰੀ ਨੂੰ ਉੱਥੇ ਫਸੀਆਂ ਨੇ, ਕੰਮ ਕਰ ਰਹੇ। ਮੈਨੂੰ ਬਹੁਤ ਵਧੀਆ ਲੱਗ ਰਿਹਾ ਵਾ, ਕਿਉਂਕਿ ਇਹਨਾਂ ਮੇਰੀ ਬਹੁਤ ਹੈਲਪ ਕੀਤੀ ਹੈ, ਇੱਕ ਵਾਰੀ ਨਹੀਂ ਇਹਨਾਂ ਮੈਨੂੰ ਕੋਈ ਨਾ ਕੀਤੀ ਹੈਗੀ, ਮੈਂ ਇੱਕੋ ਫੋਨ ਕੀਤਾ ਉਸੇ ਵੇਲੇ ਮੇਰੀ ਇਹਨਾਂ ਨੇ ਹੈਲਪ ਕੀਤੀ ਆ, ਹਾਂਜੀ, ਕਿ 10 ਦਿਨਾਂ ਦਾ ਇਹਨਾਂ ਟਾਈਮ ਦਿੱਤਾ ਸੀ, 10 ਦਿਨਾਂ ਦੇ ਵਿੱਚ ਮੈਨੂੰ ਇੱਥੇ ਬੁਲਾ ਲਿਆ ਇਹਨਾਂ ਨੇ, ਹਾਂਜੀ। ਮੈਂ ਬਹੁਤ ਸਰ ਕੀ ਗੱਲਬਾਤ ਸਰ, ਇਹ ਆਪਾਂ ਇਸ ਵੇਲੇ ਅੰਮ੍ਰਿਤਸਰ ਏਅਰਪੋਰਟ 'ਤੇ, ਸਾਡੇ ਨਾਲ ਸਾਡੀ ਛੋਟੀ ਭੈਣ ਜੋਤੀ ਸਿੰਘ ਹੈ, ਜਿਹੜੀ 10 ਮਹੀਨੇ ਪਹਿਲਾਂ ਜਿਹੜੇ ਠੱਗ ਟਰੈਵਲ ਏਜੰਟ ਨੇ ਉਹਨਾਂ ਦੇ ਧੋਖੇਬਾਜ਼ੀ ਦਾ ਸ਼ਿਕਾਰ ਹੋ ਗਈ, ਉਹ ਇਹਨਾਂ ਨੂੰ ਕੰਮ ਦੇ ਕਰਕੇ ਇਰਾਕ ਲੈ ਗਏ, ਇਰਾਕ ਦੇ ਵਿੱਚ ਜਾ ਕੇ ਫਿਰ ਨਾ ਤਾਂ ਇਹਨਾਂ ਨੂੰ ਕੰਮ ਹੀ ਮਿਲਿਆ, ਇਹਨਾਂ ਨੂੰ ਫਿਰ ਸਮਝ ਲਓ ਕਿ ਇੱਕ ਹਿਸਾਬ ਦਾ ਉਹਨਾਂ ਨੇ ਪਾਸਪੋਰਟ ਪੇਪਰ ਵਰਕ ਸਾਰਾ ਇਹਨਾਂ ਦਾ ਖੋਲਿਆ ਵਿਚਾਰਿਆਂ ਦਾ। ਇਹ ਉੱਥੇ ਬੈਠੇ ਸੀਗੇ, ਇਹਨਾਂ ਦੀ ਅੱਜ ਤੋਂ 10 ਦਿਨ ਪਹਿਲਾਂ ਕਾਲ ਆਈ ਕਿ ਮੇਰੀ ਮਦਦ ਕਰੋ ਸਰ, ਮੇਰੀ ਇੱਥੇ ਕੋਈ ਮਦਦ ਨਹੀਂ ਕਰਦਾ, ਮੇਰੇ ਕੋਲ ਨਾ ਪਾਸਪੋਰਟ ਆ ਕੁਛ ਨਹੀਂ। ਅਤੇ ਫਿਰ ਮੈਂ ਮਦਦ ਕੀਤੀ, ਅਤੇ ਜਿਹੜਾ ਟਰੈਵਲ ਏਜੰਟ ਸੀਗਾ ਉਹ ਕਲਾਨੌਰ ਦਾ ਸੀਗਾ, ਇਹ ਸਾਡੀ ਲੜਕੀ ਅੰਮ੍ਰਿਤਸਰ ਦੀ, ਕਲਾਨੌਰ ਦਾ ਉਹ ਟਰੈਵਲ ਏਜੰਟ ਸੀ ਜਿਹਨੇ ਇਹਨੂੰ ਖੜਿਆ ਸੀਗਾ ਗੁਰਦਾਸਪੁਰ। ਫਿਰ SSP ਗੁਰਦਾਸਪੁਰ ਦੀ ਡਿਊਟੀ ਲਾ ਕੇ ਅਤੇ DSP ਦੀ ਡਿਊਟੀ ਲਾ ਕੇ, DC ਸਾਹਿਬ ਦੀ ਡਿਊਟੀ ਲਾ ਕੇ ਉਹ ਟਰੈਵਲ ਏਜੰਟ ਦੇ ਮਾਪੇ ਲੱਭੇ, ਕਈ ਕੁਛ ਕੀਤਾ, ਕਿਉਂਕਿ ਮਾਨ ਸਾਹਿਬ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਸੀਗੀ ਵੀ ਕਿਸ ਤਰ੍ਹਾਂ ਵੀ ਕਰੋ ਲੜਕੀ ਨੂੰ ਵਾਪਸ ਮੰਗਾਓ, ਜਿਹੜੀਆਂ ਸਾਡੀਆਂ ਲੜਕੀਆਂ ਇੱਦਾਂ ਕੰਮ ਦੇ ਬਹਾਨੇ ਟਰੈਵਲ ਏਜੰਟ ਜਿਹੜੇ ਠੱਗ ਜਿਹੜੇ ਜੇ ਲੈ ਜਾਂਦੇ ਆ, ਅਤੇ ਇਹਨਾਂ ਨੂੰ ਮਤਲਬ ਜਿਹੜਾ ਉਹ ਛਡਾਉਣਾ ਸਾਡੀ ਡਿਊਟੀ ਆ। ਸੋ ਫਿਰ ਪੂਰਾ ਕਾਰਵਾਈ ਕਰਕੇ SSP ਗੁਰਦਾਸਪੁਰ ਦੀ ਹਿੰਮਤ ਦੇ ਨਾਲ ਇਸ ਲੜਕੀ ਦਾ ਉੱਥੇ ਹੀ, ਕਿਉਂਕਿ ਟਰੈਵਲ ਏਜੰਟ ਵੀ ਉੱਥੇ ਦਿੰਦਾ ਰਾਕ ਦੇ ਵਿੱਚ, ਉੱਥੇ ਦਿੰਦੇ ਆ, ਬਹੁਤ ਵੱਡਾ ਇੱਕ ਮਾਫੀਆ ਉੱਥੇ, ਪ੍ਰੈਸ਼ਰ ਪਾ ਕੇ ਸਾਰਾ ਕੁਝ ਕਰਕੇ ਇਹਨੂੰ ਮਤਲਬ ਜਿਹੜਾ ਟਿਕਟ ਦਾ ਪ੍ਰਬੰਧ ਕੀਤਾ, ਪਾਸਪੋਰਟ ਲੈ ਕੇ ਦਿੱਤਾ, ਅਤੇ ਅੱਜ ਇਹ ਵਿਚਾਰੀ ਆਪਣੇ ਘਰ ਵਾਪਸ ਆਈ ਹੈ। ਅਤੇ ਮੈਂ ਲੈਣ ਆਇਆ ਸੀ, ਬਸ ਮੈਂ ਲੋਕਾਂ ਦੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਠੱਗ ਟਰੈਵਲ ਏਜੰਟ, ਇਹਨਾਂ ਨੂੰ ਵੀ ਤਾੜਨਾ ਕਰਨੀ ਚਾਹੁੰਦੇ ਹਾਂ, ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਉਹ ਆਪਣਾ ਕੰਮ ਜਿਹੜਾ ਉਹ ਬੰਦ ਕਰ ਦੇਣ। ਇਹਨਾਂ ਦੀ ਮਨੁੱਖੀ ਸਮਗਲਿੰਗ ਪੰਜਾਬ ਦੀ ਧਰਤੀ 'ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਉਹ ਬਰਦਾਸ਼ਤ ਨਹੀਂ ਕਰੂਗੀ। ਜਿਹੜਾ ਵੀ ਟਰੈਵਲ ਏਜੰਟ ਗੈਰ ਕਾਨੂੰਨੀ ਇੱਦਾਂ ਸਾਡੀਆਂ ਧੀਆਂ ਨੂੰ, ਮਾਵਾਂ ਨੂੰ, ਭੈਣਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਖੜੂਗਾ, ਧੋਖਾ ਕਰੂਗਾ, ਉਹਦੇ ਖਿਲਾਫ਼ ਸਖ਼ਤ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਅਸੀਂ ਕਰਾਂਗੇ। ਸੋ ਮੈਂ ਸਮਝਦਾ ਕਿ ਸਾਡੀ ਹਿੰਮਤ ਦੇ ਨਾਲ ਇਹ ਵਿਚਾਰੀ ਕੁੜੀ ਵਾਪਸ ਆਪਣੇ ਘਰ ਜਿਹੜੀ ਆ ਆ ਗਈ ਹੈ। ਔਰ ਮੈਂ ਬਾਕੀ ਵੀ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਆਪਣੀਆਂ
ਧੀਆਂ ਭੈਣਾਂ ਨੂੰ ਕਿਤੇ ਬਾਹਰ ਕੰਮ 'ਤੇ ਭੇਜਦੇ ਹੋ ਅਤੇ ਪੂਰੇ ਇੱਕ ਤਾਂ ਜਿਹੜੇ ਟਰੈਵਲ ਏਜੰਟ ਹੈ ਉਹਨਾਂ ਦਾ ਪੇਪਰ ਵਰਕ ਉਹ ਜਿੱਥੇ ਜਾ ਰਹੀਆਂ ਕੰਪਨੀ ਦਾ ਦੇਸ਼ ਦਾ ਹਰ ਚੀਜ਼ ਦਾ ਕਰਕੇ ਫਿਰ ਮਤਲਬ ਜਿਹੜਾ ਆਪਣੀ ਕਿ ਧੀ ਭੈਣ ਨੂੰ ਬਾਹਰ ਜਿਹੜਾ ਭੇਜੋ। ਸੋ ਮੇਰਾ ਪੂਰਾ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਹੈ, ਗੁਰੂ ਰਾਮਦਾਸ ਜੀ ਦੇ ਨਾਂ ਦੇ ਏਅਰਪੋਰਟ 'ਤੇ ਆਪਾਂ ਖੜ੍ਹੇ, ਗੁਰੂ ਰਾਮਦਾਸ ਜੀ ਦਾ ਧੰਨਵਾਦ ਹੈ ਕਿ ਸਾਡੀ ਧੀ ਸਾਡੀ ਭੈਣ ਜਿਹੜੀ ਹੈ ਉਹ ਸੁਰੱਖਿਅਤ ਪੂਰੀ ਸਹੀ ਢੰਗ ਨਾਲ ਮਤਲਬ ਜਿਹੜਾ ਇਰਾਕ ਤੋਂ ਮਤਲਬ ਜਿਹੜਾ ਅੰਮ੍ਰਿਤਸਰ ਪਹੁੰਚ ਗਈ ਹੈ। ਮੈਂ ਉਹਨੂੰ ਲੈਣ ਆਇਆ ਸੀ। ਨਹੀਂ ਉਹ ਏਜੰਟ ਜਿਹੜਾ ਉੱਥੇ ਹੀ ਐਕਚੁਲੀ ਉਹ ਉੱਥੇ ਰਹਿੰਦਾ, ਪਰ ਅਸੀਂ ਪਿੱਛੋਂ ਉਹਦੇ ਰਿਸ਼ਤੇਦਾਰ SSP ਨੇ ਲਿਆ ਕੇ ਉਹਨਾਂ ਦੇ ਪ੍ਰੈਸ਼ਰ ਬਿਲਡਅਪ ਕਰਕੇ ਉੱਥੇ ਉੱਤੇ ਪ੍ਰੈਸ਼ਰ ਪਾਇਆ ਸੀ। ਜਦੋਂ ਆਊਗਾ ਮਤਲਬ ਇਹ ਹੈ ਕਿ ਘੱਟੋ ਘੱਟ ਅੱਗੇ ਹੁਣ ਕਿਸੇ ਲੜਕੀ ਨੂੰ ਨਹੀਂ ਖੜ ਸਕੂਗਾ, ਉਹਨੂੰ ਇਹ ਹੀ ਸਜ਼ਾ। ਇੱਥੇ ਤਾਂ ਅਸੀਂ ਆਉਣ ਨਹੀਂ ਦਿੰਦੇ, ਉਹ ਆਊਗਾ ਵੀ ਨਹੀਂਗਾ। ਅਜੇ ਕਾਫੀ ਲੜਕੀਆਂ ਨੇ ਉੱਥੇ ਜਿਨ੍ਹਾਂ ਦੇ ਅਸੀਂ ਹੋਰ ਚਾ ਮਤਲਬ ਪੈਰਵਾਈ ਕਰਨੀ, ਉਹ ਸਾਰੀਆਂ ਲੜਕੀਆਂ ਚਾਹੇ ਕੋਈ ਸਾਊਦੀ ਅਰਬ ਦੇ ਵਿੱਚ ਹੈ ਕਿਤੇ ਵੀ ਆ, ਵਿਚਾਰੀਆਂ ਕੰਮ ਕਰਦੇ ਗਈਆਂ ਕਿਤੇ ਇਹਨਾਂ ਦਾ ਧੋਖੇਬਾਜ਼ ਏਜੰਟਾਂ ਦਾ ਮਤਲਬ ਸ਼ਿਕਾਰ ਹੋ ਗਈ, ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਨਾਲ ਸੰਪਰਕ ਕਰਨ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹਰ ਪੱਖੋਂ ਉਹਨਾਂ ਦੀ ਮਦਦ ਕਰਨ ਲਈ ਜਿਹੜੀ ਆ ਇੱਥੇ ਤਿਆਰ ਆ। ਜਿੱਦਾਂ ਇਸ ਧੀ ਦੀ ਤਿਆਰ ਮਦਦ ਕੀਤੀ ਇੱਦਾਂ ਹੀ ਸਾਰੀਆਂ ਧੀਆਂ ਲੜਕੀਆਂ। ਨਹੀਂ ਉਹਨੂੰ ਵਾਪਸੀ ਆ ਨਾ ਵੀ ਸਾਨੂੰ ਤਾਂ ਉਦੋਂ ਪਤਾ ਲੱਗਦਾ ਜੋ ਸਾਡੇ ਨਾਲ ਕੋਈ ਸੰਪਰਕ ਕਰਦਾ, ਉੱਦਾਂ ਤਾਂ ਸਾਡੇ ਕੋਲ ਪਤਾ ਨਹੀਂ ਹੁੰਦਾ, ਪਰ ਜਿਹੜਾ ਵੀ ਸੰਪਰਕ ਕਰਦਾ ਮੈਂ ਉਸੇ ਵੇਲੇ ਉਹਦੀ ਪੈਰਵਾਈ ਜਿਹੜੀ ਸ਼ੁਰੂ ਕਰ। ਹਾਂ ਲਿਸਟ ਬਣ ਰਹੀ, ਅਸੀਂ 10 ਤਰੀਕ ਨੂੰ ਮੀਟਿੰਗ ਰੱਖੀ ਹੈ ਮੈਂ ਆਪਣੇ ਮਹਿਕਮੇ ਦੀ, ਉਹਦੇ 'ਚ ਅਸੀਂ ਪੂਰੇ ਪੰਜਾਬ ਦਾ ਜਿਹੜਾ ਉਹ ਕਰ ਰਹੇ ਹਾਂ ਕਿ ਕਿੰਨੇ ਜਿਹੜੇ ਟਰੈਵਲ ਏਜੰਟ ਗੈਰ ਕਾਨੂੰਨੀ ਆ ਕਿੰਨੇ ਕਾਨੂੰਨੀ, ਉਹ ਸਾਰੀਆਂ ਚੀਜ਼ਾਂ ਅਸੀਂ ਕਰ ਰਹੇ। ਬਸ ਅੱਜ ਤਾਂ ਇਹੀ ਹੈ ਕਿ ਸਾਡੇ ਲਈ ਭਾਗਾਂ ਦਾ ਦਿਨ ਹੈ ਕਿ ਸਾਡੀ ਪੰਜਾਬ ਦੀ ਇੱਕ ਧੀ ਜਿਹੜੀ ਆ, ਪੰਜਾਬੀਆਂ ਦੀ ਇੱਕ ਧੀ ਜਿਹੜੀ ਆ ਉਹ ਸੁਰੱਖਿਅਤ ਜਿਹੜੀ ਆ ਰਾਤ ਤੋਂ ਮਤਲਬ ਇਹ ਠੱਗ ਟਰੈਵਲ ਏਜੰਟਾਂ ਦੇ ਚੁੰਗਲ 'ਚੋਂ ਨਿਕਲ ਕੇ ਵਿਚਾਰੀ ਆਪਣੇ ਘਰ ਪਹੁੰਚਣ ਲੱਗੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਧੰਨਵਾਦ ਹੈ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ 'ਚ ਮਾਹਿਰ ਡਾਕਟਰ ਗੁਪਤਾ 6961 7000, ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ, ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ 6961 7000।